चैनल के आर टी न्यूज़ देख रहे सारे दर्शकों का स्वागत करते हैं। मैं जतेंद्र सोडी। सो इस वेले की वड्डी खबर जिहड़ी बटाला तो आ रही है, एक 28 साल की विहोता लड़की की है जिहड़ी भेद भरे हालातों के विच मौत हो जाती है। जब परिवारक मैंबर पहुँचते हैं लड़की के उन्हां वल्लों गंभीर दोष लगाए जाते हैं। एक सहुरा परिवार वल्लों लगातार दहेज नूं लैके तंग परेशान किया जा रहा है, तो इन्हां वल्लों मौत के घाट उतारिया गया। इस संबंधी जब लड़की के सहुरा परिवार के नाल गलबात की गई तो उन्होंने अपने उत्ते लगे सारे रोपां नूं इनकारिया। पुलिस अधिकारियों ने गलबात दौरान दस्सिया कि लड़की के भरा वालों जिहड़ा सूचना दी गई सी, पोस्टमार्टम की रिपोर्ट आने पर जो भी कार्रवाई होएगी बनती कानूनी कार्रवाई की जाएगी। होर की कुछ कहा सुनते उन्होंने जबानी अपने संजोगी मैडम कमलजीत कौर के नाल। बलिंदर कौर मेरा नाम है। की मसला है? मैं कुड़ियां नूं तंग करदे, जदों छोटा दियोर जदों दा विआया वा उदों दा बड़ा तंग करन लग पई, आंदी गड्डी लैके आ। मैं परसों आई हाँ, 50,000 रुपया दे गई कुड़ी अपनी नूं। कौन तंग करदा? सस करदी, मुंडा मां दे मगर लगदा। परसों आई मैं, 50,000 रुपया दे गई इहनूं मैं मुंडे नूं। सस दा की नाम? कुलवंत कौर, कलिंदर कौर। खरे आहो आ सारे मुंडा भी मां दे मगर लग के तंग करदा वा। ते तुहाडी बेड़ी दा की नाम? निशा। मैनूं तंग बड़ा कर दिया, मैं घरों सिरे निकल गई। कहिंदी मेरे को पैसा कोई नहीं, मैं फिर वापस आ गई भी कहना मेरे को पैसा कोई नहीं। मैं पता नहीं कि पुल तो वापस आई हाँ, आन के मुड़ के दस अद्धे घंटे पिछले फोन करता अं हस्पताल लै गए। ਅਸੀਂ ਜੈਂਤੀ ਪੁਣ ਕਥੋ ਨਗਲੀ ਪਹੁੰਚਿਆ ਮਗਰ ਫੋਨ ਕਰਤਾ ਮਰ ਵੀ ਗਈ ਹੈ। ਉਮਰ ਕਿੰਨੀ ਹੈ ਬੇੜੀ ਦੀ? 28-29 ਸਾਲ ਹੋਣੀ ਮਹਾਂ। ਕਿੰਨੇ ਬੱਚੇ? ਦੋ। ਕੀ ਚਾਹੁੰਦੇ ਹੋ? ਅਸੀਂ ਇਨਸਾਫ ਚਾਹੁੰਦੇ ਹਾਂ, ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ, ਭਾਵੇਂ ਮਰ ਗਈ ਆ। ਸਾਡੀ ਧੀ ਤਾਂ ਮਿਲਣੀ ਨਹੀਂ, ਪਰ ਇਨਸਾਫ ਸਾਨੂੰ ਚਾਹੀਦਾ। ਉਹ ਮੁੰਡੇ ਨੂੰ ਤਾਂ ਮਾਂ ਨੂੰ ਦੋਵਾਂ ਨੂੰ ਜੇਲ੍ਹ ਹੋਣੀ ਚਾਹੀਦੀ ਆ। ਨਹੀਂ, ਕਦੀ ਨਹੀਂ ਸੁਣਿਆ, ਕਦੀ ਵੀ ਨਹੀਂ। ਸਵੇਰੇ ਵੀ ਬਹੁਤ ਵਧੀਆ ਬਾਹਰ ਨਿਕਲੀ ਆਪਣੀ ਬੇਟੀ ਨੂੰ ਛੱਡਣ ਗਈ ਆ। ਕੱਲ ਇਹ ਬੈਠੇ ਹੋਏ ਸੀ, ਇਹਨਾਂ ਨੇ ਇਕੱਠੇ ਸਗੋਂ ਨੌ ਸੱਸ ਨੇ ਬੈਠ ਕੇ ਆਈਸਕ੍ਰੀਮ ਖਾਧੀ ਦਰਵਾਜ਼ੇ ਵਿੱਚ ਰਾਤੀ 8 ਵਜੇ। 8 ਵਜੇ ਰਾਤ ਬੇਟੇ ਨੂੰ ਚੱਕਿਆ ਸੀ, ਪੂਰੀ ਤਰ੍ਹਾਂ ਬੜੀ ਵਧੀਆ ਤਰੀਕੇ ਨਾਲ ਗੱਲ ਕਰਦੇ ਪਏ ਸੀ ਉਹ ਇਹਨਾਂ ਦੇ ਨਾਲ, ਕਿ ਇੰਝ ਨਹੀਂ ਲੱਗਦਾ ਕਿ ਕੋਈ ਝਗੜਾ ਵਾ। ਕੁਛ ਨਹੀਂ, ਕਦੀ ਨਹੀਂ ਕੋਈ ਗੱਲ ਹੋਈ, ਕਦੀ ਵੀ। ਕੁੜੀ ਵੀ ਬੜੀ ਸੈਂਸਿਟਿਵ ਸੀ ਬਹੁਤ ਜ਼ਿਆਦਾ, ਉਹਦੇ ਵੱਲੋਂ ਵੀ ਕੋਈ ਕੰਪਲੇਂਟ ਨਹੀਂ ਸੀ ਹੈਗੀ। ਜਿਹੜੇ ਇਲਜ਼ਾਮ ਲਾਏ ਗਏ ਆ ਕਿ ਨੌ ਨੂੰ ਤੰਗ ਪਛਾਣ ਕਰਦੇ ਤਾਂ ਉਹਦੀ ਪੈਨਸ਼ਨ ਨਾਲ ਮੌਤ ਹੋਈ ਹੈ, ਕੀ ਕਹਿਣਾ ਚਾਹੁੰਦੇ? ਬਹੁਤ ਹੀ ਮੇਰੇ ਆਂਢੋ ਗੁਆਂਢੋਂ ਪੁੱਛ ਲਓ, ਸਾਡੇ ਘਰ ਕਦੀ ਕੁਛ ਨਹੀਂ ਹੋਇਆ। ਸਵੇਰੇ ਵੀ ਕੁਛ ਨਹੀਂ ਹੋਇਆ, ਘਰੋਂ ਕੁੜੀ ਛੱਡਣ ਗਈ ਆ। ਇਹਦੀ ਮੰਮੀ ਆਈ ਆ ਐਤਵਾਰ 'ਤੇ, ਪਤਾ ਨਹੀਂ ਕੀ ਇਹ ਮਾਵਾਂ ਧੀਆਂ ਆਪੋ 'ਚੋਂ ਦੀ ਅੰਦਰ ਕਰਦੀਆਂ ਰਹੀਆਂ ਨੇ। ਮੇਰੇ ਨਾਲ 12 ਸਾਲ ਹੋ ਗਏ ਆ, ਮੈਨੂੰ ਧੀਆਂ ਤੋਂ ਵੱਧ ਹੀ, ਮੇਰੀ ਨੂੰਹ ਬਹੁਤ ਚੰਗੀ ਸੀ। ਉਹਦੀ ਮਦਰ ਕਹਿੰਦੀ ਆ 50,000 ਫੇਰ ਦੇ ਗਈ। ਹਾਏ ਵੇ ਵੀਰਾ, ਸਾਨੂੰ ਕੋਈ 50 ਨਹੀਂ ਦੇ ਕੇ ਗਿਆ, ਆਪਣੀ ਧੀ ਨੂੰ ਨਹੀਂ 10 ਦੇ ਕੇ ਗਈ, ਤਾਂ 50 ਕਿਹਨੂੰ ਦੇ ਗਈ ਆ? ਉਹਨਾਂ ਦੇ ਇਲਜ਼ਾਮ ਆ ਕਿ ਗੱਡੀ ਮੰਗਦੇ ਸੀ ਜਦੋਂ ਦਾ ਤੁਹਾਡੇ ਛੋਟੇ ਬੇਟੇ ਦਾ ਵਿਆਹ ਹੋਇਆ ਆ, ਅਤੇ ਉਦੋਂ ਦੇ ਤੰਗ ਪਰੇਸ਼ਾਨ ਕਰਨ ਲੱਗੇ। ਵਾਹਿਗੁਰੂ, ਗੱਡੀਆਂ ਹੀ ਸਾਨੂੰ ਕਿਸੇ ਨੂੰ ਚਲਾਉਣੀਆਂ ਨਹੀਂ ਆਉਂਦੀਆਂ, ਅਸੀਂ ਕੀ ਕਰਨੀਆਂ ਗੱਡੀਆਂ? ਹੁਣ 2 ਹਸਪਤਾਲ ਚ ਖੜਿਆ ਮਹਾਜਨ ਦੇ ਵੀ, ਮੈਨੂੰ ਇਹਦਾ ਨੀ ਨਾਂ ਆਉਂਦਾ ਕਿ ਰੰਧਾਵੇ ਵੀ ਖੜਿਆ ਜੇ। ਉਹਨਾਂ ਕਿਹਾ ਬੀਪੀ ਬਿਲਕੁਲ ਡਾਊਨ ਹੋ ਗਿਆ। ਅਸ਼ਬਾਲਕ ਸਕੂਲ ਕੁੜੀ ਛੱਡਣ ਗਈ ਜੇ, ਆ ਬੱਚਾ ਜੇ ਨਿੱਕਾ ਜਿਹਾ ਕੁੜੀ ਛੱਡਣ ਗਈ। ਮੈਂ ਘੰਟਾ ਨਹੀਂ ਆਈ ਤੇ ਮੈਂ ਫੋਨ ਕੀਤਾ, ਆਪਣੀ ਭੈਣ ਮੇਰੀ ਪਿੱਛੇ ਰਹਿੰਦੀ, ਮੈਂ ਤੁਹਾਡੇ ਘਰ 'ਚ ਨਹੀਂ ਆਈ? ਕਹਿੰਦੀ ਨਹੀਂ ਆਈ। ਤੇ ਉਨੇ ਚਿਰ 'ਚ ਆ ਗਈ, ਕਹਿੰਦੀ ਮੈਂ ਤੇ ਵਰਦੀਆਂ ਲੈਣ ਗਈ ਹਾਂ। ਆ ਕੇ ਚਾਹ ਬਣਾਉਣ ਲੱਗ ਪਈ, ਮੈਂ ਫੁਲਕੇ ਲਾਉਣ ਲੱਗ ਪਈ, ਕੋਈ ਗੱਲ ਨਹੀਂ ਹੋਈ ਸਾਡੇ। ਤਰੁਣ ਸਿੰਘ ਜੀ, ਕੀ ਮਸਲਾ ਹੈ? ਮਸਲਾ ਇਹ ਹੋਇਆ, ਇਹਨਾਂ ਦੇ ਘਰ ਲੜਾਈ ਝਗੜਾ ਬੜੀ ਦੇਰ ਦਾ ਰਹਿੰਦਾ ਸੀ। ਇਹਦੇ ਸਹੁਰਿਆਂ ਵਾਲ ਕੁੜੀ ਦੇ, ਕੁੜੀ ਦਾ ਨਾਂ ਕੀ ਤੁਹਾਡੇ? ਨੀਸ਼ਾ। ਠੀਕ ਹੈ ਜੀ। ਤੇ ਉਹ ਇਹ ਤੋਂ ਸਾਲ ਕੁ ਪਹਿਲਾਂ ਇਹਦਾ ਛੋਟਾ ਦਿਓਰ ਵਿਆਹਿਆ, ਉਹਨਾਂ ਨੇ ਮੋਟਰਸਾਈਕਲ ਤੇ ਮੁੰਦਰੀਆਂ ਪਾਈਆਂ ਤੇ ਉਦੋਂ ਦੀ ਇਹ ਤੰਗ ਕਰਨੀ ਸ਼ੁਰੂ ਕਰਤਾ ਵੀ ਸਾਨੂੰ ਕਾਰ ਦਿਓ। ਕੌਣ ਕੌਣ ਤੰਗ ਕਰਦਾ ਜੀ? ਉਹਦੀ ਸੱਸ ਹੀ ਇਕੱਲੀ, ਮੁੰਡਿਆਂ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈ। ਸੱਸ ਦਾ ਨਾਂ ਕੀ? ਸੱਸ ਦਾ ਨਾਮ ਪਤਾ ਨਹੀਂ ਕੀ, ਕੁਲਵਿੰਦਰ ਕੌਰ। ਅੱਛਾ, ਅੱਜ ਕੀ ਆਇਆ? ਅਸੀਂ ਪਰਸੋਂ ਅਜੇ ਆਏ, ਇਹਨਾਂ ਨੂੰ ਸਮਝਾ ਕੇ ਗਏ ਚਲੋ ਘਰ ਦੇ ਵਿੱਚ 100 ਲੜਾਈ ਝਗੜਾ ਹੋ ਗਿਆ ਹੋਊ, ਅਤੇ ਉਦੋਂ ਚੁੱਪ ਕਰਕੇ ਬਹਿ ਗਏ। ਅਸੀਂ ਘਰ ਚਲੇ ਗਏ ਤੇ ਸਵੇਰੇ ਪਤਾ ਲੱਗਾ ਤੇ ਉਹ ਕਹਿੰਦੇ ਮਾਰ ਕੇ ਤਿਆ ਇਹਨਾਂ ਨੇ।
ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਮਰੀ ਕਿਸ ਤਰ੍ਹਾਂ ਦੇ ਕੀ ਹੋਇਆ ਕਿੰਨਾ ਚਿਰ ਹੋਇਆ ਇਹ ਵਿਆਹ ਨੂੰ ਕਿੰਨੇ ਬੱਚੇ ਸੀ ਦੋ ਬੱਚੇ ਤਿੰਨ ਸੀਗੇ ਇੱਕ ਮੁੰਡਾ ਪਹਿਲੇ ਮਰ ਗਿਆ ਫਿਰ ਕੁੜੀ ਮੁੰਡਾ ਵਾ ਕਿੰਨਾ ਚਿਰ ਹੋਇਆ ਵਿਆਹ ਨੂੰ ਵਿਆਹ ਨੂੰ ਕੋਈ 10 ਕੁ ਸਾਲ ਹੋ ਗਏ ਆ ਉਹਦੋਂ ਤੋਂ ਤੰਗ ਪਰੇਸ਼ਾਨ ਕਰਦੇ ਸੀ ਜਿੰਨਾ ਚਿਰ ਤੇ ਉਹਦਾ ਪਿਓ ਜਿੰਦਾ ਰਿਹਾ ਉਹਨਾਂ ਚਿਰ ਤੇ ਉਹ ਸਮਝਾ ਲੈਂਦਾ ਸੀ ਉਹ ਭਗਤ ਬੰਦਾ ਸੀ ਤੇ ਜਦੋਂ ਉਹਨਾਂ ਦੀ ਡੈਥ ਹੋ ਗਈ ਉਹ ਤੋਂ ਬਾਅਦ ਇਹਨਾਂ ਤੰਗ ਕਰਨਾ ਸ਼ੁਰੂ ਕਰਤਾ ਅੱਜ ਤੁਸੀਂ ਪੁਲਿਸ ਕੰਪਲੇਂਟ ਕੀਤੀ ਆ ਹਾਂਜੀ ਪੁਲਿਸ ਕੰਪਲੇਂਟ ਕੀਤੀ ਆ ਲਾਜ ਪੋਸਟਮਾਰਟਮ ਲਿਆਂਦੀ ਆ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੁਰਿੰਦਰ ਸਿੰਘ ਲੜਕੀ ਦਾ ਭਰਾ ਆ ਜੀ ਉਹਦੇ ਵੱਲੋਂ ਇਤਲਾਹ ਮਿਲੀ ਸੀ ਵੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਕੁਝ ਗਲਤ ਕਰਕੇ ਤੇ ਲੜਕੀ ਨੂੰ ਮਤਲਬ ਇਲਜ਼ਾਮ ਲਾਏ ਸੀ ਵੀ ਉਹਦੀ ਮੌਤ ਹੋ ਗਈ ਆ ਤੇ ਉਸ ਸੰਬੰਧੀ ਕਾਰਵਾਈ ਕੀਤੀ ਜਾਵੇ ਜੋ ਅਸੀਂ ਮੌਕੇ 'ਤੇ ਗਏ ਹਾਂ ਅਤੇ ਲੜਕੀ ਦੀ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਕੇ ਅਤੇ ਪੋਸਟਮਾਰਟਮ ਦੀ ਅਸੀਂ ਕਰਾ ਰਹੇ ਹਾਂ ਅਤੇ ਪੋਸਟਮਾਰਟਮ ਤੋਂ ਬਾਅਦ ਜੋ ਵੀ ਉਹਦੇ ਰਿਜ਼ਲਟ ਆਏਗਾ ਮੌਤ ਦਾ ਕਾਰਨ ਜੇ ਸਾਨੂੰ ਸਪੱਸ਼ਟ ਹੋਏਗਾ ਉਸ ਕਾਨੂੰਨ ਅਨੁਸਾਰ ਜਿਹੜੀ ਵੀ ਬਣਦੀ ਅਗਲੀ ਕਾਰਵਾਈ ਹੈ ਉਹ ਕੀਤੀ ਜਾਵੇਗੀ